ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਦੋਂ ਮਾਤਾ ਰੂੜੀ ਦਾ ਵੇੜਾ ਸਮੁੰਦਰ ਦੇ ਵਿਚਕਾਰ ਡੁੱਬ ਜਾਂਦਾ ਹੈ ਅਤੇ ਮਾਤਾ ਰੂੜੀ ਰੋ ਕੁਰਲਾ ਰਹੀ ਹੈ, ਉਸ ਸਮੇਂ ਦੇ ਹਾਲ ਨੂੰ ਅਸ਼ਵਨੀ ਜੀ ਮਾਹੀਪੁਰ ਆਪਣੀ ਕਲਮ ਦੇ ਨਾਲ ਸ਼ਿੰਗਾਰਦੇ ਨੇ ਅਤੇ ਜਿਸ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ ਨੀਕਾ ਜੀ ਭਾਣੇਵਾਲ ਨੇ। ਆਓ ਜੀ ਸਾਰੇ ਰਲ ਕੇ ਸਰਵਣ ਕਰਦੇ ਹਾਂ ਜੀ। ਬੜੀ ਹੈ ਪੀੜਾ ਤੋੜਨਾ ਦੇਈ ਤੂੰ ਦਿਲ ਮੇਰਾ।